ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਚਾਲ ਹੈ? ਕਰਦੇ ਹਾਂ ਨਵੇਂ ਵੀਡੀਓ ਦੀ ਸ਼ੁਰੂਆਤ। ਅਤੇ ਅੱਜ ਆਪਾਂ ਚੱਲੇ ਹਾਂ ਗੁਰਦਾਸਪੁਰ, ਅਤੇ ਤੁਹਾਨੂੰ ਹੁਣ ਗੁਰਦਾਸਪੁਰ ਦੀ ਸੀਰੀਜ਼ ਕੰਟੀਨਿਊ ਮਿਲੂਗੀ ਵਲੋਗਿੰਗ ਦੇ ਵਿੱਚ। ਬਹੁਤ ਟਾਈਮ ਹੋ ਗਿਆ, ਆਪਣੀਆਂ ਵੀਡੀਓ ਨਹੀਂ ਆਈਆਂ, ਪਰ ਹੁਣ ਕੰਟੀਨਿਊਜ਼ ਵੀਡੀਓ ਆਪਣੀਆਂ ਆਉਣਗੀਆਂ। ਅਤੇ ਨਾਲ ਆਪਣੇ ਚੱਲੇ ਆ ਐਜ਼ ਯੂਜਲੀ ਮਾਤਾ ਜੀ, ਅਤੇ ਆਪਾਂ ਰਸਤੇ 'ਚ ਆ ਰਹੇ ਹਾਂ। ਅਤੇ ਸਭ ਤੋਂ ਜ਼ਰੂਰੀ ਹੈ ਮਾਸਕ ਲਾਉਣਾ, ਕਿਉਂਕਿ ਮੈਂ ਵੀਡੀਓ ਬਣਾ ਰਿਹਾ ਸੀ ਇਸੇ ਕਰਕੇ ਮਾਸਕ ਉਤਾਰਿਆ। ਅਤੇ ਸਟੇ ਟਿਊਨ ਅਤੇ ਸਟੇ ਹੋਮ ਅਤੇ ਸੇਫਟੀ ਜ਼ਰੂਰ ਬਣਾ ਕੇ ਰੱਖਿਓ, ਜਿੰਨੇ ਪ੍ਰੀਕੋਸ਼ਨਸ ਨੇ ਸਾਰੇ ਜ਼ਰੂਰ ਲੈਣੇ। ਅਤੇ ਆ ਜਾਓ ਹੁਣ ਆਪਾਂ ਚੱਲਦੇ ਹਾਂ ਗੁਰਦਾਸਪੁਰ, ਅਤੇ ਤੁਸੀਂ ਇੰਜੋਏ ਕਰੋ ਥੋੜ੍ਹਾ ਜਿਹਾ ਰਸਤਾ, ਅਤੇ ਉਸ ਤੋਂ ਬਾਅਦ ਆਪਾਂ ਮਿਲਦੇ ਹਾਂ ਹਾਂ ਸੱਚ। ਆਪਣੇ ਨਾਲ ਜਾ ਰਹੀ ਆ ਹਰਮਨ, ਅਤੇ ਹੁਣ ਆਪਾਂ ਚੱਲਦੇ ਹਾਂ, ਤੁਹਾਨੂੰ ਵਿਖਾਵਾਂਗੇ ਹੁਣ ਹੌਲੀ ਹੌਲੀ ਸੀਰੀਜ਼ ਜਿੰਨੀਆਂ ਵੀ ਸਟਾਰਟ ਹੋ ਜਾਣੀਆਂ। ਅਤੇ ਪਹਿਲਾਂ ਤਾਂ ਸੋਰੀ, ਅਤੇ ਵੀਡੀਓ ਨਹੀਂ ਆ ਸਕੀਆਂ, ਅਤੇ ਹੁਣ ਵੀਡੀਓ ਆਪਣੀਆਂ ਕੰਟੀਨਿਊਸਲੀ ਆਉਣਗੀਆਂ। ਅਤੇ ਚਲੋ ਆ ਜਾਓ ਚੱਲੀਏ। ਜਿਵੇਂ ਪਤਾ ਹੀ ਆਪਾਂ ਨੂੰ ਸਿਚੁਏਸ਼ਨ ਬਹੁਤ ਜ਼ਿਆਦਾ ਮਾੜੀ ਚੱਲੀ ਜਾਂਦੀ ਹੈ, ਇਸੇ ਕਰਕੇ ਜਦੋਂ ਤੁਸੀਂ ਵੀ ਕਿਤੇ ਟਰੈਵਲ ਕਰੋ ਆਪਦਾ ਫੂਡ ਆਪਦਾ ਪਾਣੀ ਨਾਲ ਹੀ ਲੈ ਕੇ ਚੱਲਿਓ। ਅਤੇ ਦੋ ਮਿੰਟ ਹੋਰ ਮੈਂ ਪਾਣੀ ਪੀ ਲਾਂ। ਇਸੇ ਕਰਕੇ ਜਦੋਂ ਤੁਸੀਂ ਵੀ ਕਿਤੇ ਜਾਓ ਆਪਦਾ ਫੂਡ ਅਤੇ ਅੱਜ ਦੇ ਟਾਈਮ ਦੇ ਵਿੱਚ ਆਪਦਾ ਪਾਣੀ ਵਗੈਰਾ ਜ਼ਰੂਰ ਨਾਲ ਕੈਰੀ ਕਰਕੇ ਚੱਲੋ, ਕਿਉਂਕਿ ਬਾਹਰ ਦਾ ਆਪਾਂ ਨੂੰ ਨਾ ਖਾਓ, ਥੋੜ੍ਹੇ ਟਾਈਮ ਪਰਹੇਜ਼ ਕਰੋ, ਅਤੇ ਆਪਦੀ ਵੀ ਸੇਫਟੀ ਤੁਹਾਡੀ ਜ਼ਰੂਰੀ ਹੈਗੀ ਆ। ਅਤੇ ਇਸ ਟਾਈਮ ਆਪਾਂ ਜਿਹੜਾ ਅੰਮ੍ਰਿਤਸਰ ਦੇ ਨੇੜੇ ਪਹੁੰਚਣ ਵਾਲੇ ਹਾਂ, ਅਤੇ ਉੱਥੇ ਜਾ ਕੇ ਮੈਂ ਤੁਹਾਨੂੰ ਦੱਸੂੰਗਾ। ਜਿਹੜਾ ਗੁਰਦਾਸਪੁਰ ਆ ਉਹ ਅੰਮ੍ਰਿਤਸਰ ਤੋਂ 40-50 ਕਿਲੋਮੀਟਰ ਅੱਗੇ ਆ, ਅਤੇ ਬਹੁਤ ਸੋਹਣਾ ਸ਼ਹਿਰ ਆ ਆਪਣਾ। ਕਰਤਾਰਪੁਰ ਕੋਰੀਡੋਰ ਜਿਹੜਾ ਉੱਥੇ ਬਣਿਆ ਹੋਇਆ, ਜੇ ਖੁੱਲ੍ਹਿਆ ਹੋਇਆ ਤਾਂ ਆਪਾਂ ਜ਼ਰੂਰ ਤੁਹਾਨੂੰ ਉੱਥੇ ਵਿਖਾਵਾਂਗੇ। ਬਾਬਾ ਨਾਨਕ ਜੀ ਦਾ ਘਰ ਹੈਗਾ, ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਨੇੜੇ, ਇਹ ਸਾਰਾ ਬਟਾਲਾ ਇੱਧਰਲੀ ਸਾਈਡ ਆ ਜਾਂਦਾ। ਅਤੇ ਹੁਣ ਆਪਾਂ ਅੰਮ੍ਰਿਤਸਰ ਐਂਟਰ ਕਰਨ ਲੱਗੇ ਹਾਂ, ਅਤੇ ਤੁਹਾਨੂੰ ਉਸ ਤੋਂ ਬਾਅਦ ਮਿਲਦੇ ਹਾਂ ਆਪਾਂ ਸਿੱਧਾ ਗੁਰਦਾਸਪੁਰ। ਗੁਰਦਾਸਪੁਰ ਵਾਲੀ ਰੋਡ 'ਤੇ ਆ ਗਏ ਹਾਂ, ਅਤੇ ਸੜਕਾਂ ਯਕੀਨ ਮੰਨਿਓ ਤੁਸੀਂ ਇੰਨੀਆਂ ਕੁ ਘੈਂਟ ਬਣੀਆਂ ਹੋਈਆਂ ਕਿ ਪਤਾ ਨਹੀਂ ਲੱਗਿਆ ਯਾਰ ਕਿਹੜੇ ਵੇਲੇ ਅਸੀਂ ਚੱਲੇ ਹਾਂ ਅਤੇ ਕਿਹੜੇ ਟਾਈਮ ਅਸੀਂ ਆ ਗਏ। ਬਹੁਤ ਘੈਂਟ ਸੜਕਾਂ ਬਣੀਆਂ ਹੋਈਆਂ, ਅਤੇ ਠੀਕ ਆ ਇੰਟਰਟੇਨਮੈਂਟ ਵਾਸਤੇ ਵੀ ਇੱਧਰ ਬਹੁਤ ਚੀਜ਼ਾਂ ਬਣੀਆਂ ਹੋਈਆਂ ਵਾ। ਅਤੇ ਹੁਣ ਆਪਾਂ ਹੈਗੇ ਹਾਂ ਬਟਾਲਾ ਗੁਰਦਾਸਪੁਰ ਰੋਡ 'ਤੇ, ਅਤੇ ਬਹੁਤ ਸੋਹਣਾ ਤੁਹਾਨੂੰ ਮੈਂ ਦਿਖਾਵਾਂ ਸੜਕ। ਐਂ ਲੱਗਦਾ ਯਾਰ ਵੀ ਵਾਕਈ ਸਵਰਗ ਵਾਲਾ, ਸੜਕ ਦਾ ਹੀ ਸਵਰਗ ਹੁੰਦਾ, ਉਹੀ ਚੀਜ਼ ਹੈ। ਅਤੇ ਬਾਹਲੀ ਘੈਂਟ, ਤੁਸੀਂ ਇਹ ਵੇਖ ਲਓ ਵੀ ਇੰਨੀ ਦੇਰ ਹੋ ਗਈ ਮੈਨੂੰ ਚੱਲਦੇ ਨੂੰ, ਅਤੇ ਮੈਂ ਹਾਲੇ ਤੱਕ ਬ੍ਰੇਕ ਨਹੀਂ ਲਾਈ ਕੋਈ ਵੀ। ਠੀਕ ਹੈ ਜਦੋਂ ਕੋਈ ਮਾੜੀ ਮੋਟੀ ਜ਼ਰੂਰਤ ਪੈਂਦੀ ਉਦੋਂ ਬ੍ਰੇਕ ਜ਼ਰੂਰ ਲਾਈ ਹੈ, ਪਰ ਵੈਸੇ ਬ੍ਰੇਕ ਨਹੀਂ ਲਾਈ। ਅਤੇ ਥੋੜ੍ਹੀ ਬਹੁਤੀ ਵੀਡੀਓ ਸ਼ੇਕ ਹੋਊਗੀ, ਕਿਉਂਕਿ ਮੇਰੇ ਕੋਲ ਗਿੰਬਲ ਹੈ ਨਹੀਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਗਿੰਬਲ ਲੈ ਲਾਂਗੇ। ਮਿੱਤਰੋ ਸਬਸਕ੍ਰਾਈਬਰ ਵਧਾ ਦਿਓ, ਅਤੇ ਰੈੱਡ ਬਟਨ ਹੋਣਾ ਸਬਸਕ੍ਰਾਈਬਰ ਦਾ, ਅਤੇ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਬੈੱਲ ਆਈਕੋਨ ਦੇ ਬਟਨ ਨੂੰ ਵੀ ਪ੍ਰੈਸ ਕਰ ਦਿਓ। ਅਤੇ ਹੁਣ ਆ ਜਾਓ ਉੱਥੇ ਜਾ ਕੇ ਮਿਲ ਜਾ ਤੁਹਾਨੂੰ ਆਪਾਂ। ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਚਾਲ ਆ? ਅੱਜ ਆ ਦਿਨ ਦੂਜਾ, ਅਤੇ ਆਪਾਂ ਹੈਗੇ ਹਾਂ ਗੁਰਦਾਸਪੁਰ ਦੇ ਵਿੱਚ, ਅਤੇ ਇੱਥੇ ਆਪਣੀ ਸਿਸਟਰ ਨੂੰ ਮਿਲੀ ਆ ਜੋਬ, ਅਤੇ ਉਹਦੇ ਵਾਸਤੇ ਜਿਹੜਾ ਹੈਗਾ ਆਪਾਂ ਆਏ ਹੋਏ ਹਾਂ, ਹੈ ਨਾ। ਅਤੇ ਪੋਰਸ਼ਨ ਲਿਆ ਆਪਾਂ ਰੈਂਟ ਦੇ ਉੱਤੇ, ਅਤੇ ਥੋੜ੍ਹਾ ਬਹੁਤਾ ਸਮਾਨ ਸੀ ਜਿਹੜਾ ਉਹਦੀ ਸ਼ਿਫਟਿੰਗ ਆਪਾਂ ਕਰਤੀ ਸੀਗੀ, ਅਤੇ ਥੋੜ੍ਹਾ ਬਹੁਤਾ ਹੁਣ ਰਹਿ ਗਿਆ ਸਮਾਨ ਜਿਹੜਾ ਮਾਰਕੀਟ 'ਚ ਲਿਆਉਣ ਵਾਲਾ, ਅਤੇ ਉਹ ਆਪਾਂ ਲੈ ਕੇ ਆਉਂਦੇ ਹਾਂ ਅਤੇ ਮਾਰਕੀਟ ਦੇਖਦੇ ਆਉਂਦੇ ਹਾਂ ਵੀ ਖੁੱਲ੍ਹੀ ਹੈ। ਵੈਸੇ ਤਾਂ ਕਰੋਨਾ ਦਾ ਕਰਕੇ ਸਾਰਾ ਬੰਦ ਹੀ ਆ,
ਤੇ ਜੇ ਕੋਈ ਖੁੱਲੀ ਹੋਈ ਤਾਂ ਆਪਾਂ ਲੈ ਕੇ ਆਵਾਂਗੇ ਅਤੇ ਆਜੋ ਚੱਲਦੇ ਹਾਂ ਅਤੇ ਤੁਹਾਨੂੰ ਵੀ ਥੋੜ੍ਹਾ ਜਿਹਾ ਦਿਖਾਉਂਦੇ ਹਾਂ ਕੀ ਕਰੋਨਾ ਦਾ ਮਾਹੌਲ ਚੱਲਣ ਡਿਆ ਵਾ ਅਤੇ ਆ ਜਾਓ ਅਤੇ ਮਾਸਕ ਆਪਾਂ ਲਾ ਲਿਆ ਅਤੇ ਛੋਟੀਆਂ ਛੋਟੀਆਂ ਗਲੀਆਂ ਜਿਹਦੇ ਵਿੱਚੋਂ ਆਪਾਂ ਚੱਲੇ ਹਾਂ ਮੋਸਟਲੀ ਇੱਧਰਲੇ ਘਰ ਨਾ ਮੋਸਟਲੀ ਇੱਧਰਲੇ ਪਾਸੇ ਜਿੰਨੇ ਵੀ ਘਰ ਆ ਨਾ ਹਾਲੇ ਵੀ ਉਹ ਛੋਟੀਆਂ ਇੱਟਾਂ ਨਹੀਂ ਹੁੰਦੀਆਂ ਜਿਹੜੀ ਪੁਰਾਣੀ ਇੱਟ ਹੁੰਦੀ ਆ ਉਹਨਾਂ ਦੇ ਬਣੇ ਹੋਏ ਆ ਅਤੇ ਥੋੜ੍ਹੀ ਜਿਹੀ ਖੰਘ ਹੋਈ ਪਈ ਆ ਉਹ ਤਾਂ ਕੋਈ ਗੱਲ ਨਹੀਂ ਹੈਗੀ ਬਟ ਥੋੜ੍ਹੀ ਠੰਡ ਖੰਘ ਹੋਈ ਪਈ ਆ ਅਤੇ ਚੱਲਦੇ ਹਾਂ ਆਪਾਂ ਆ ਗਏ ਮੋਸਟਲੀ ਜਿਹੜੀਆਂ ਦੁਕਾਨਾਂ ਸਾਰੀਆਂ ਬੰਦ ਹੀ ਆ ਅਤੇ ਲੋਕਾਂ ਨੇ ਮਾਸਕ ਮੂਸਕ ਘੱਟ ਹੀ ਪਾਏ ਹੋਏ ਆ ਉਹਦੇ ਕਰਕੇ ਥੋੜ੍ਹੇ ਸਾਹ ਲੈਣ 'ਚ ਵੀ ਦਿੱਕਤ ਹੁੰਦੀ ਆ ਹੈ ਨਾ ਅਤੇ ਕੋਈ ਬੰਦਾ ਨਹੀਂ ਕੋਈ ਕੁਛ ਨਹੀਂ ਸਾਰਾ ਕੁਛ ਸੁਣਸਰਾ ਪਿਆ ਹੋਇਆ ਅਤੇ ਚਲੋ ਸੇਫਟੀ ਵਾਸਤੇ ਵੇਖਿਆ ਜਾਵੇ ਤਾਂ ਠੀਕ ਵੀ ਆ ਪਰ ਥੋੜ੍ਹੀ ਬਹੁਤੀ ਰੌਣਕ ਵੀ ਹੋਣੀ ਚਾਹੀਦੀ ਹੈ ਯਾਰ ਨਹੀਂ ਤਾਂ ਨਾ ਹੋਰ ਹੀ ਬੇਜਾਨ ਜਿਹਾ ਲੱਗਦਾ ਬੰਦੇ ਨੂੰ ਐਂ ਲੱਗਦਾ ਪਤਾ ਨਹੀਂ ਕਿੱਧਰ ਆ ਗਏ ਕਿੱਧਰ ਨਹੀਂ ਆ ਗਏ